ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਚੈਨਲ ਪੰਜਾਬ ਵੈਦਰ 'ਤੇ ਸਵਾਗਤ ਹੈ ਤੁਹਾਡਾ। ਸਭ ਦਾ ਮੌਸਮ ਦੀ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਿ ਮੌਸਮ ਅੱਜ 8 ਜੁਲਾਈ ਨੂੰ ਕਿਵੇਂ ਦਾ ਰਹੇਗਾ। ਅੱਜ ਸ਼ਾਮ ਤੋਂ ਲੈ ਕੇ ਦੇਰ ਸ਼ਾਮ ਤੋਂ ਲਗਭਗ ਕੱਲ੍ਹ ਸਵੇਰ ਤੱਕ ਪੂਰੀ ਰਾਤ 'ਤੇ ਮੌਸਮ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਫਿਲਹਾਲ ਤਾਜ਼ਾ ਸੈਟੇਲਾਈਟ ਤਸਵੀਰ ਦੇਖ ਰਹੇ ਹਾਂ, ਲਗਭਗ ਸ਼ਾਮ ਦੇ 7:30 ਦੇ ਆਸ ਪਾਸ ਮੌਸਮ ਠੀਕ ਠਾਕ ਹੈ, ਬੱਦਲਬਾਈ ਰਹਿਤ ਹੈ। ਦਿਨ ਵਿੱਚ ਵੀ ਦੱਸਿਆ ਮੁਤਾਬਕ ਮੌਸਮ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਠੀਕ ਠਾਕ ਬਣਿਆ ਰਿਹਾ ਅਤੇ ਅੱਜ ਰਾਤ ਦੇ ਸਮੇਂ ਵੀ ਜ਼ਿਆਦਾਤਰ ਸੰਭਾਵਨਾ ਇਹੀ 80-85% ਕਿ ਮੌਸਮ ਰਾਤ ਦੇ ਵੇਲੇ ਠੀਕ ਠਾਕ ਸਾਫ਼ ਖੁਸ਼ਕੇ ਰਹੂਗਾ। ਮੀਂਹ ਵਰਗੇ ਹਾਲਾਤ ਲਗਭਗ ਨਾ ਮਾਤਰ ਹੀ ਨੇ, ਕੋਈ ਜ਼ਿਆਦਾ ਮੌਸਮੀ ਵੱਡੀ ਹਲਚਲ ਹੋਣ ਦੀ ਸੰਭਾਵਨਾ ਨਹੀਂ ਹੈ। ਹਵਾਵਾਂ ਥੋੜ੍ਹੀ ਜਿਹੀ ਦਰਮਿਆਨੀ ਰਫ਼ਤਾਰ 'ਤੇ ਵਗਣਗੀਆਂ ਦੱਖਣ ਪੂਰਬ ਦਿਸ਼ਾ ਤੋਂ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਅਤੇ ਰਾਤ ਦਾ ਟੈਂਪਰੇਚਰ ਰਹੇਗਾ ਲਗਭਗ 26-27 ਡਿਗਰੀ ਦੇ ਆਸ ਪਾਸ ਘੱਟੋ ਘੱਟ ਤਾਪਮਾਨ, ਕੁਝ ਹਿੱਸਿਆਂ ਵਿੱਚ 25 ਤੱਕ ਤਾਪਮਾਨ ਘੱਟ ਕੇ ਆ ਸਕਦਾ ਸਵੇਰ ਤੜਕੇ ਵੇਲੇ ਦੇ ਆਸ ਪਾਸ। ਅਤੇ ਮੀਂਹ ਦੀ ਸੰਭਾਵਨਾ ਦੀ ਗੱਲ ਕਰੀਏ ਤਾਂ ਤੜਕੇ ਸਮੇਂ ਦੇ ਆਸ ਪਾਸ ਜਿਹੜਾ ਪੰਜਾਬ ਦਾ ਕੁਝ ਉੱਤਰੀ ਅਤੇ ਪੂਰਬੀ ਹਿੱਸਾ ਹੈ, ਜਿਵੇਂ ਕੁਝ ਹੁਸ਼ਿਆਰਪੁਰ ਦੇ ਖਾਸ ਹਿਮਾਚਲ ਦੇ ਨੇੜਲੇ ਇਲਾਕੇ ਹੋ ਗਏ, ਨੰਗਲ ਅਨੰਦਪੁਰ ਸਾਹਿਬ ਹੋ ਗਿਆ, ਜਾਂ ਚੰਡੀਗੜ੍ਹ ਮੋਹਾਲੀ ਸਾਈਡ ਦੇ ਜਿਹੜੇ ਕੁਝ ਕਹਿ ਦਈਏ ਆਪਾਂ ਬਾਰਡਰ ਏਰੀਆ ਹੋ ਗਿਆ, ਜਾਂ ਪਟਿਆ ਬਣੇ ਸੋਰੀ ਪਹਾੜਾਂ ਦੇ ਨੇੜਲੇ ਜੋ ਇਲਾਕੇ ਪੈ ਜਾਂਦੇ ਨੇ, ਉਹਨਾਂ ਇਲਾਕਿਆਂ ਵਿੱਚ ਛੋਟੇ ਮੋਟੇ ਗਰਜ ਚਮਕ ਵਾਲੇ ਬੱਦਲ ਬਣ ਸਕਦੇ ਨੇ ਅੱਧੀ ਰਾਤ ਤੋਂ ਬਾਅਦ ਤੜਕੇ ਸਮੇਂ ਦੇ ਆਸ ਪਾਸ, ਅਤੇ ਛੋਟੇ ਮੋਟੀਆਂ ਪੈਚੀ ਰੂਪ ਵਿੱਚ ਗਤੀਵਿਧੀਆਂ ਹਲਕੀਆਂ ਵਿਲਕੀਆਂ ਮੌਸਮ ਦੀਆਂ ਹੋ ਸਕਦੀਆਂ ਨੇ, ਜਿਹਦੀ ਸੰਭਾਵਨਾ 10-15% ਹੈ, ਜ਼ਿਆਦਾ ਨਹੀਂ ਹੈ। ਉਸ ਤੋਂ ਬਿਨਾਂ ਬਾਕੀ ਪੰਜਾਬ ਦਾ ਮੌਸਮ ਫਿਲਹਾਲ ਠੀਕ ਠਾਕ ਰਹੇਗਾ, ਸਾਫ਼ ਅਤੇ ਖੁਸ਼ਕ ਬਣਿਆ ਰਹੇਗਾ। ਅਤੇ ਅਗਲੀ ਜਿਹੜੀ ਕੱਲ੍ਹ ਸਵੇਰ ਦੀ ਅਪਡੇਟ ਉਹ ਕੱਲ੍ਹ ਦੀ ਵੀਡੀਓ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇਗੀ।